ਹੈਲੋ ਨਮਸਕਾਰ ਦੋਸਤੋ, ਅਸਤਰ ਵਾਲੇ ਕਮੀਜ਼ ਦਾ ਅਸਤਰ ਕਟਿੰਗ ਕਰਨ ਜਾ ਰਹੇ ਹਾਂ ਆਪਾਂ ਬਹੁਤ ਹੀ ਆਸਾਨ ਤਰੀਕੇ ਨਾਲ। ਜੋ ਵੀ ਭੈਣਾਂ ਨੂੰ ਨਹੀਂ ਆਉਂਦਾ ਉਹ ਵਧੀਆ ਆਸਾਨ ਤਰੀਕੇ ਨਾਲ ਅਸਤਰ ਵਾਲਾ ਕਮੀਜ਼ ਕਟਿੰਗ ਔਰ ਸਟਿਚਿੰਗ ਸਿੱਖ ਸਕਦੀਆਂ, ਜੋ ਕਿ ਆਹ ਕਮੀਜ਼ ਹੈ, ਕਮੀਜ਼ ਦਾ ਤੀਰਾ ਜਿਨ੍ਹਾਂ ਨੂੰ ਜਮਾਂ ਹੀ ਨਹੀਂ ਪਤਾ ਲੱਗਦਾ ਵੀ ਸਿੱਖਣ ਤੋਂ ਡਰਦੀਆਂ ਨੇ, ਉਹਦੀ ਬੈਕ ਸਾਈਡ ਵਾਲੀ ਕਾਟ ਮਿਲ ਲੈਣ। ਇਹਦੀ ਹੈਗੀ ਹੈ ਜੋ ਕਿ 17.5 ਇੰਚ। ਇਹਦੇ ਗਲੇ ਵੀ ਦੋਨੇ ਡੀਪ ਨੇ। ਆਪਾਂ ਇਹਦਾ ਤੀਰਾ 6 ਇੰਚ ਜੋ ਕਿ 12 ਇੰਚ ਬਣ ਜੂਗਾ, 6 ਇੰਚ, ਅਤੇ ਮੋਢਾ 7.5 ਇੰਚ, ਇੱਥੋਂ ਵੀ 7.5 ਇੰਚ। ਫਿਰ ਇਹਦਾ ਚੌਰਸ ਡੱਬਾ ਬਣਾ ਲਵਾਂਗੇ ਆਪਾਂ। ਇਹਦੀ ਬੈਕ ਸਾਈਡ ਵਾਲੀ ਕਾਟ ਜੋ ਕਿ ਆਪਾਂ ਦੇਖੀ ਸੀ 17.5, ਆਪਾਂ 1 ਇੰਚ ਐਕਸਟਰਾ ਲਵਾਂਗੇ ਇਹਦੇ ਵਾਸਤੇ, ਤਾਂ ਇਹਦੀ ਹਲਕੀ ਗੁਲਾਈ ਪਾ ਦੇਵਾਂਗੇ ਆਪਾਂ। ਜੇ ਕਿਸੇ ਨੂੰ ਨਹੀਂ ਵੀ ਗੁਲਾਈ ਪਾਉਣੀ ਹੁੰਦੀ ਤਾਂ ਇੱਥੇ 3 ਇੰਚ ਦਾ ਮਾਰਜਨ ਲੈ ਲਈ ਉਹਨੂੰ ਐਸ ਲੋਕ ਗੁਲਾਈ ਪਾ। ਬਾਅਦ 1/2 ਇੰਚ ਇੱਥੋਂ 4 ਪੱਲਿਆਂ ਨੂੰ ਨੀਵਾਂ ਕਰਾਂਗੇ, 2.5 ਇੰਚ ਦਾ ਗਲਾ ਕਰਕੇ ਉਸ ਤੋਂ ਬਾਅਦ 1/2 ਇੰਚ ਜੋ ਵੀ ਨਿਸ਼ਾਨ ਲਾਇਆ ਸੀ ਉਹਨੂੰ ਇਹਦੇ ਨਾਲ ਮਿਲਾ ਦੇਵਾਂਗੇ। ਉਸ ਤੋਂ ਬਾਅਦ ਇਹ 4 ਪੱਲਿਆਂ ਨੂੰ 1/2 ਇੰਚ ਨੀਵਾਂ ਕਟਿੰਗ ਕਰ ਦੇਵਾਂਗੇ, ਠੀਕ ਹੈ। ਉਸ ਤੋਂ ਬਾਅਦ ਇਹਨਾਂ ਦੋਨੇ ਪੱਲਿਆਂ ਨੂੰ ਅਲੱਗ ਅਲੱਗ ਕਰਾਂਗੇ, ਬੈਕ ਅਲੱਗ। ਉਸ ਤੋਂ ਬਾਅਦ 1 ਇੰਚ ਨੀਵਾਂ ਕਰ ਲਵਾਂਗੇ ਕਮੀਜ਼ ਦੇ ਅਗਲੇ ਪੱਲੇ ਦੇ। 1 ਇੰਚ ਦੀ ਕਾਟ ਪਾਵਾਂਗੇ ਆਪਾਂ ਮੂਹਰਲੇ ਪੱਲੇ ਦੇ ਵਿੱਚ। ਮੋਢੇ ਕੋਲ ਤਾਂ 19 ਹੀ ਕਾਟ ਪਾਵਾਂਗੇ, ਮੋਢੇ ਕੋਲ ਤਾਂ 19 ਕਾਟ ਪਾਵਾਂਗੇ, ਪਰ ਅੱਗੋਂ ਗਲੇ ਕੋਲੋਂ 1 ਇੰਚ ਨੀਵਾਂ ਕਰ ਲਵਾਂਗੇ। ਉਸ ਤੋਂ ਬਾਅਦ ਆਪਾਂ ਪਲੇਟਾਂ ਦੇ ਨਿਸ਼ਾਨ ਲਾਵਾਂਗੇ, ਇਹਦੇ 12 ਇੰਚ 'ਤੇ ਪਲੇਟ ਆਪਾਂ 12.5 'ਤੇ ਨਿਸ਼ਾਨ ਲਾਵਾਂਗੇ, 1/2 ਇੰਚ ਗਲੇ ਵਿੱਚ ਫੋਲਡ ਹੋ ਜੂਗਾ, 3.5 ਇੰਚ ਦਾ ਇਹਦਾ ਗੈਪ ਰੱਖਾਂਗੇ। ਇੱਥੇ ਜਿਹੜਾ ਡੱਬਾ ਬਣਾਇਆ ਸੀ ਆਪਾਂ ਉਹਦੇ ਨਿਸ਼ਾਨ ਦੇ ਡੱਬੇ ਦੀ ਸੀਧ ਨੂੰ ਅਤੇ ਆਹ ਜਿਹੜਾ ਪਲੇਟ ਦਾ ਨਿਸ਼ਾਨ ਲਾਇਆ ਉਹਦੀ ਸੀਧ ਨੂੰ ਇਸ ਤਰ੍ਹਾਂ ਦੇ ਵਿੱਚ ਰੱਖਾਂਗੇ। ਜਿਹੜੀਆਂ ਭਾਵਾਂ ਨੂੰ ਆਪਾਂ ਵੀ ਨਾ ਲੱਗਦਾ ਵੀ ਪਲੇਟਾਂ ਦਾ ਨਿਸ਼ਾਨ ਕਿਸ ਤਰ੍ਹਾਂ ਲੱਗ ਗਈ, ਇਸ ਤਰ੍ਹਾਂ ਆਸਾਨ ਤਰੀਕਾ ਪਲੇਟ ਦੀ ਸੀਧ ਨੂੰ ਪਲੇਟ ਦਾ ਨਿਸ਼ਾਨ ਜਿਹੜਾ ਡੱਬਾ ਬਣਾਇਆ ਸੀ ਉਹਦੇ ਵਿੱਚ ਮੈਂ 24 ਦਾ ਨਿਸ਼ਾਨ ਲਾਵਾਂ, ਇੱਥੋਂ 7.5 ਇੰਚ ਦੀ ਪਲੇਟ ਨੀਵੀਂ ਕਰ ਲਵਾਂ ਅਤੇ
ਤਿੰਨੇ ਪਲੇਟਾਂ 2-2 ਇੰਚ ਦੇ ਹੀ ਗੈਪ ਤੇ ਪੈਣੀ ਹੈ, ਜਿਨ੍ਹਾਂ ਦੀ ਬ੍ਰੈਸਟ ਭਾਰੀ ਹੈ। ਅਤੇ ਫਿਰ ਅਗਲੀ ਕਾਟ ਜੋ ਕਿ ਇਹਨਾਂ ਦੀ ਨਾਪ ਦੇ ਰਿਕਾਰਡ ਤੇ 16 ਇੰਚ ਦੀ ਆਪਾਂ ਕਾਟ ਪਾਵਾਂਗੇ, ਜੋ ਕਿ ਅੱਧਾ ਅੱਧਾ ਇੰਚ ਦਾ ਸਿਲਾਈ ਦੇ ਵਿੱਚ ਆ ਜਾਊਗਾ। ਇਸ ਤਰ੍ਹਾਂ ਦੀ ਗੁਲਾਈ ਪਾ ਕੇ ਇਹਨਾਂ ਦਾ ਬੈਕ ਵਾਲਾ ਮੈਂ ਕਹਿ ਦਿਉ ਕਿ 6.5 ਇੰਚ ਹੈ, 7 ਇੰਚ ਲਵਾਂਗੇ। 2.5 ਇੰਚ ਚੌੜਾ ਲਵਾਂਗੇ, ਫਿਰ 2.5 ਇੰਚ ਲਵਾਂਗੇ, ਫਿਰ ਇਹਦਾ ਗੱਬਾ ਬਣਾਵਾਂਗੇ, ਫਿਰ ਇਹਨੂੰ ਹਲਕੇ ਦੇ ਹੱਥ ਨਾਲ ਇਹਨੂੰ ਲਵਾਂਗੇ। ਉਸ ਤੋਂ ਬਾਅਦ ਆਪਾਂ ਪਲੇਟਾਂ ਨਾਲ ਨਿਸ਼ਾਨ ਲਵਾਂਗੇ ਬੈਕ ਸਾਈਡ ਦਾ, ਕਿਉਂਕਿ 12 ਇੰਚ 'ਤੇ ਆ, ਪਰ 12.5 ਇੰਚ ਬਣਾਵਾਂਗੇ, ਫਿਰ 3 ਇੰਚ ਦਾ ਗੈਪ ਲਵਾਂਗੇ। ਮੈਂ ਜਮਾਂ ਪੰਜਾਬੀ ਔਰ ਜਮਾਂ ਆਸਾਨ ਤਰੀਕੇ ਨਾਲ ਦੱਸ ਰਹੀ ਹਾਂ ਕਿ ਜਿਨ੍ਹਾਂ ਨੂੰ ਪਿੰਡ ਬੈਠੀਆਂ ਭੈਣਾਂ ਨੂੰ ਜਮਾਂ ਹੀ ਨਹੀਂ ਸਮਝ ਆਉਂਦਾ, ਕੋਈ ਅੰਗਰੇਜ਼ੀ 'ਚ ਬੋਲ ਕੇ ਦੱਸਦਾ, ਕੋਈ ਆਪਦੀ ਭਾਸ਼ਾ 'ਚ ਦੱਸਦਾ, ਪਰ ਆਪਾਂ ਪੇਂਡੂ ਤੌਰ 'ਤੇ ਵੀ ਦੱਸ ਦੇ ਹਾਂ। ਬਾਜੂ ਦੇ ਉੱਤੇ ਕਾਟ ਪਾ ਕੇ ਰੱਖੀ ਹੋਈ ਸੀ, ਤਾਂ ਆਹ ਅਸਤਰ ਹੈ, ਕਮੀਜ਼ ਹੈ, ਅਸਤਰ 'ਤੇ ਕਾਟ ਪਾ ਕੇ ਰੱਖੀ ਹੋਈ ਸੀ ਮੈਂ। ਤਾਂ ਹੁਣ ਮੈਂ ਆਹ ਗਮ ਦੇ ਨਾਲ ਚਪੇ ਕੇ ਬਾਂਹ ਨੂੰ ਆਸਾਨੀ ਦੇ ਨਾਲ ਕੱਟ ਲਵਾਂਗੀ। ਨਵੇਂ ਨਵੇਂ ਡਿਜ਼ਾਇਨਾਂ ਦੇ ਨਾਲ, ਨਵੇਂ ਨਵੇਂ ਸੂਟਾਂ ਦੇ ਨਾਲ ਦੇਖਣ ਵਾਸਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਿਆ ਕਰੋ, ਜੋ ਕਿ ਸਾਡਾ ਵੀ ਹੌਸਲਾ ਵਧੇ, ਵੀਡੀਓ ਜ਼ਿਆਦਾ ਤੋਂ ਜ਼ਿਆਦਾ ਬਣਾਈਏ, ਤਾਂ ਤੁਹਾਨੂੰ ਵੀ ਕੋਈ ਨਵੀਂ ਤੋਂ ਨਵੀਂ ਚੀਜ਼ ਸਿੱਖਣ ਨੂੰ ਮਿਲੇ।